ਸਾਡੇ ਹਾਲਾਤ ਇਸ ਤਰੀਕੇ ਸੀ ਅਸੀਂ ਆਪਣੀ ਬੱਚੀ ਨੂੰ ਕੰਮ ਤੇ ਭੇਜਣ ਵਾਸਤੇ ਮਜਬੂਰ ਹੋ ਗਏ 3 ਸਾਲ ਖਿਦਮਤ ਕੀਤੀ ਤੇ ਐਂਡ ਤੇ ਦੇਖੋ ਉਹਨਾਂ ਸਾਡੇ ਨਾਲ ਕੀ ਕੀਤਾ ਸਾਡੀ ਬੱਚੀ ਨੂੰ ਨੋਚ ਖਾਦਾ ਉਹਨਾਂ ਜ਼ਾਲਮਾਂ ਨੇ ਮੈਂ ਜਦੋਂ ਉਹਨਾਂ ਦੇ ਕੋਲ ਗਈਆਂ ਮੈਂ ਕਿਹਾ ਬਾਜੀ ਤੁਸੀਂ ਮੈਨੂੰ ਦੱਸੋ ਮੇਰੀ ਬੱਚੀ ਨੂੰ ਕੀ ਹੋਇਆ ਪਤਾ ਨਹੀਂ ਡਿੱਗੀ ਮਰ ਗਈ ਜਦੋਂ ਅਸੀਂ ਜਾ ਕੇ ਵੇਖੀ ਡੈੱਡ ਬਾਡੀ ਸਾਡੀ ਬੱਚੀ ਦੇ ਗਲੇ ਤੇ ਨਿਸ਼ਾਨ ਸੀ پھر بازو بازوں سے سوٹیاں سے نشان تھی پولیس نے پیسہ لے کے کروڑہ روپیے تھوڑا گنا پیسہ کروڑاں روپیے لے کے ایس پی صاحب بھی آئی او بھی ایس ایچ بھی پیسہ لے کے میرے ملزمہ گھر بات السلام علیکم ناظرین میں ہوں اے ڈی ملک آپ جانتے ہیں کہ قصور کی زینب کا دکھ ابھی تک یہ قوم نہیں بولی تھی لیکن ایک اور معصوم زینب کو موت کے گھاٹ اتار دیا وہ معصوم زینب کون تھی اور اسے قتل کرنے والے کون تھے یہ سارا کچھ آپ کو اس ویڈیو میں بتائیں گے میرے ساتھ اس معصوم زینب کے والدین موجود ہیں ان سے پوچھتے ہیں کہ آپ کو یہ خبر کب پتہ چلی کہ اب آپ کی زینب اس دنیا میں نہیں رہی آ, بہن مجھے بتائیں کہ آپ کی بیٹی کو کس طرح مارا ہے اور کس نے مارا ہے ساری بچی نے انہا گلا دبا کے مارا ہے گلہ گلا لئے دبایا انہیں نے جس لئے مار گئی ہے اس لئے سن کال انہیں کی अच्छा तेरी बच्ची नु मारया किना ने है ते किथे रहंदी सी किना दे कोल सी हो? ओ वो रहंदी सी गुजरा वाले शहर ਦੇ ਵਿੱਚ ਰਹਿੰਦੀ ਸੀ ਚਾਂਦੇ ਕਿਲੇ ਡਿਸ਼ਲ ਕਾਨੂੰਨੀ 111 ਨੰਬਰ ਪਲਾਟ ਹੈ اچھا ਉਹਨਾਂ ਮਾਲਕਾਂ ਦੇ ਘਰ ਬੱਜਵੇ ਹਨ ਫੈਸਲ ਹੁਸਨੈਨ ਸਾਇਮਾ ਬੀਬੀ ਤਾਰਕ ਮਬੂਦ ਉਹਨਾਂ ਦਾ ਬੂਏ ਤੇ ਉਹਨਾਂ ਦੇ ਘਰ ਵਿੱਚ ਸਾਡੀ ਬੱਚੀ ਕੰਮ ਕਰਦੀ ਸੀ ਸਾਡਾ ਗਰੀਬ ਘਰਾਨਾ ਸੀ اچھا ਸਾਡਾ ਗਰੀਬ ਘਰਾਨਾ ਸੀ ਵੀ ਅਸੀਂ ਕਿਰਾਏ ਤੇ ਰਹ ਰਹੀ ਸੀ ਛੋਟੇ ਛੋਟੇ ਮਾਸੂਮ ਸਾਡੇ ਬੱਚੇ ਸਨ ਵੀ ਇੱਕ ਟਾਈਮ ਦੀ ਰੋਟੀ ਵੀ ਅਸੀਂ ਪੂਰੀ ਨਹੀਂ ਕਰ ਸਕਦੇ ਸੀ ਇਸ ਵਜ੍ਹਾ ਤੂੰ ਸਾਡਾ ਸਾਡੇ ਹਾਲਾਤ ਇਸ ਤਰੀਕੇ ਸੀ ਅਸੀਂ ਆਪਣੀ ਬੱਚੀ ਨੂੰ ਕੰਮ ਤੇ ਭੇਜਣ ਵਾਸਤੇ ਮਜਬੂਰ ਹੋ ਗਏ ਵੀ ਚਲੋ ਸਾਡੀ ਘਰ ਦੀ ਕੋਈ ਜ਼ਰੂਰਤ ਪੂਰੀ ਹੋ ਸਕੇ ਤਨਖਾਹ ਯੰਨੀ ਨਹੀਂ ਸੀ 6000 ਰੁਪਏ ਮੇਰੀ ਬੱਚੀ ਦੀ ਤਨਖਾਹ ਸੀ ਤੇ ਕਨਾਲ ਦੇ ਵਿੱਚ ਘਰ ਸੀ ਤੇ ਸਾਡੀ ਬੱਚੀ ਤੋਂ ਇੰਨਾ ਕੰਮ ਲੈਂਦੇ ਸਨ ਤੇ ਪਰ ਉਹਨੂੰ ਨਾ ਰੋਟੀ ਖਾਣ ਦਾ ਮੌਕਾ ਨਹੀਂ ਮਿਲਦਾ ਸੀ ਬੱਚੀ ਦੀ ਉਮਰ ਕਿੰਨੀ ਸੀ ਬੱਚੀ ਦੀ ਉਮਰ 3 13 ਸਾਲ ਸੀ ਜ਼ੈਨਬ ਉਹਦਾ ਨਾਮ ਸੀ ਇਸ ਤਰੀਕੇ ਸਾਡੀ ਬੱਚੀ ਉਹਨਾਂ ਦੀ ਖਿਸਮਤ ਕੀਤੀ 3 ਸਾਲ ਖਿਦਮਤ ਕੀਤੀ ਤੇ ਐਂਡ ਤੇ ਦੇਖੋ ਉਹਨਾਂ ਸਾਡੇ ਨਾਲ ਕੀ ਕੀਤਾ ਸਾਡੀ ਬੱਚੀ ਨੂੰ ਨੋਚ ਖਾਦਾ ਉਹਨਾਂ ਜ਼ਾਲਮਾਂ ਨੇ ਕਿਉਂ ਮਾਰਿਆ ਕਿਉਂ ਨੇ ਪਤਾ ਨਹੀਂ ਸਾ ਕਿਉਂ ਮਾਰਿਆ ਨੇ ਇਸ ਗੱਲ ਦਾ ਸਾਨੂੰ ਉਹਨਾਂ ਨੇ ਨਹੀਂ ਦੱਸਿਆ ਮੈਂ ਜਦੋਂ ਉਹਨਾਂ ਦੇ ਕੋਲ ਗਈਆਂ ਮੈਂ ਕਿਹਾ ਬਾਜੀ ਤੁਸੀਂ ਮੈਨੂੰ ਦੱਸੋ ਮੇਰੀ ਬੱਚੀ ਨੂੰ ਕੀ ਹੋਇਆ ਪਤਾ ਨਹੀਂ ਡਿੱਗੀ ਮਰ ਗਈ ਮੇਆ ਕਬਾਜੀ ਤੁਸੀਂ ਇਹ ਦੱਸੋ ਕਿਸ ਤਰੀਕੇ ਹੋ ਸਕਦਾ ਸਾਡੀ ਬੱਚੀ ਮਰੀ ਕੋਈ ਵਜ੍ਹਾ ਕੋਈ ਗੱਲ ਹੁੰਦੀ ਸਾਨੂੰ ਤੁਸੀਂ ਦੱਸੋ ਨਹੀਂ ਬਸ ਉਹ ਡਿੱਗੀ ਮਰ ਗਈ ਥਾਣੇ 'ਚ ਅਸੀਂ ਗਏ ਥਾਣੇ ਵਾਲੇ ਸਾਨੂੰ ਲੈ ਗਏ ਨੇ ਅਸੀਂ ਪਹਿਲੇ ਉਹਨਾਂ ਦੇ ਘਰ ਗਏ ਪੁਲਿਸ ਵਾਲੇ ਸਾਨੂੰ ਲੈ ਗਏ ਨੇ ਸਿਵਲ ਹਸਪਤਾਲ ਲੈ ਗਏ ਨੇ ਅਸੀਂ ਬੱਚੀ ਦੀ ਡੈੱਡ ਬੋਡੀ ਦੇਖੀ ਬੱਚੀ ਦੇ ਗਲੇ ਤੇ ਨਿਸ਼ਾਨ ਸਨ ਉਹਨਾਂ ਦਿੰਦਾ ਇਸ ਤਰੀਕੇ ਮੇਰੀ ਬੱਚੀ ਨੂੰ ਨੋਚ ਖਾਦਾ ਇਸ ਤਰੀਕੇ ਕੋਈ ਵੀ ਗਰੀਬ ਦੀ ਬੱਚੀ ਨਾਲ ਕੋਈ ਨਹੀਂ ਕਰਦਾ ਜੇਕਰ ਆਪਣੀ ਬੱਚੀ ਸਮਝ ਕੇ ਰੱਖਦੇ ਤੇ ਸਾਡੀ ਬੱਚੀ ਦੀ ਹਫਾਜ਼ਤ ਕਰਦੇ ਇਹਨਾਂ ਜ਼ਾਲਿਮਾਂ ਸਾਡੀ ਬੱਚੀ ਦੀ ਕੋਈ ਹਫਾਜ਼ਤ ਨਹੀਂ ਕੀਤੀ ਸਾਡੀ ਬੱਚੀ ਇਹਨਾਂ ਕਿ ਕੰਮ ਆਲੀ ਹੈਗੀ ਦਫਾ ਕਰੋ ਇਹਨੂੰ ਅਗਰ ਸਾਡੀ ਵੀ ਤਕਰੀਬ ਦੀ ਇੱਕ ਧੀ ਹੈਗੀ ਸੀ ਕਿਸੇ ਨੂੰ ਤਾਂ ਪਤਾ ਹੋਣਾ ਚਾਹੀਦਾ ਸੀ ਨਾ ਅਗਰ ਕਿਸੇ ਦੀ ਵੀ ਬੱਚੀ ਹੈ ਇਹਨਾਂ ਸਾਡੀ ਬੱਚੀ ਨਾਲ ਇਹਨਾਂ ਗੁਲਮ ਕੀਤਾ ਹੈ ਨਾ ਇਸ ਤਰੀਕੇ ਕੋਈ ਵੀ ਮਾਂ ਬਾਪ ਭਾਵੇਂ ਜੋ ਵੀ ਹੈ ਨਾ ਇਸ ਤਰੀਕੇ ਅਗਰ ਆਦੇ ਘਰ ਦੇ ਵਿੱਚ ਮਫੂਜ਼ ਰੱਖ ਸਕਦੇ ਜੇ ਗਰੀਬੀ ਸਾਡੇ ਇਨਸਾਨ ਦੇ ਘਰ ਵਿੱਚ ਹੈ ਗਈ ਸੀ ਅਸੀਂ ਬੱਚੀ ਨੂੰ ਕੰਮ ਤੇ ਭੇਜਿਆ ਉਹਨਾਂ ਸਾਡੇ ਜਦੋਂ ਬੱਚੀ ਤੁਹਾਡੀ ਉੱਥੇ ਕੰਮ ਕਰਦੀ ਸੀ ਤੁਸੀਂ ਉਹਦਾ ਉਹਦੇ ਬਾਰੇ ਵਿੱਚ ਕੋਈ ਪੁੱਛਗੁਛ ਨਹੀਂ ਸੀ ਕਰਨ ਜਾਂਦੇ ਕਿ ਬੱਚੀ ਠੀਕ ਹੈ ਕੋਈ ਤੰਗ ਤੇ ਨਹੀਂ ਹੈ ਕੋਈ ਮਾਰਦਾ ਤੇ ਨਹੀਂ ਬੱਚੀ ਨੂੰ ਅਸੀਂ ਭਾਈ ਜਣ ਜਿਸੇ ਜਾਂਦੇ ਸੀ ਨਾ ਉਹ ਇਸ ਤਰੀਕੇ ਹੋ ਜਾਂਦੇ ਸੀ ਜਿਸਲੇ ਅਸੀਂ ਉਹਨਾਂ ਨੂੰ ਮਿਲਣ ਗਏ ਮੈਂ ਆਪਣੀ ਬੇਟੀ ਦੇ ਕੋਲ ਮੇਰਾ ਮੀਆਂ ਮੇਰੇ ਤਿੰਨ ਬੱਚੇ ਚਾਰ ਅਸੀਂ ਮਿਲ ਛੋਟੇ ਛੋਟੇ ਉਹਨਾਂ ਦੀ ਭੈਣ ਭਾਈ ਹੈਗੇ ਸਾਨੂੰ ਮਿਲਣ ਗਏ ਆਂ ਬਿਲਕੁਲ ਅਸਾ ਕੁਝ ਵੀ ਨਹੀਂ ਅਗਾ ਸੀ ਤੇ ਬਿਲਕੁਲ ਇਹ ਮੇਰੀ ਜ਼ੈਨਬ ਹੈ ਮੇਰੀ ਬੱਚੀ ਹੈ ਮੈਂ ਕਿ ਚਲੋ ਸਾਫ ਜ਼ਰ ਸਹੀ ਨਜ਼ਰ ਆ ਰਹੀ ਹੈ ਵੀ ਠੀਕ ਹੈਗੀ ਹੈ ਤੇ ਜਿਸਲੇ ਅਸੀਂ ਘਰ ਆਏ ਇਸ ਤੋਂ ਤਿੰਨ ਚਾਰ ਮਹੀਨੇ ਪਹਿਲੇ ਅਸੀਂ ਘਰ ਆਏ ਸੀ ਕਿ ਚਲੋ ਜ਼ੈਨਬ ਠੀਕ ਹੈ ਮੈਂ ਜ਼ੈਨਬ ਤੋਂ ਪੁੱਛਿਆ ਮੈਂ ਜ਼ੈਨਬ ਕੋਈ ਗੱਲ ਕੋਈ ਵਾਦ ਤੈਨੂੰ ਕੋਈ ਜਿੜਕਦੇ ਤਾਂ ਨਹੀਂ ਆਂਦੀ ਨਹੀਂ ਅੰਮੀ ਕੋਈ ਨਹੀਂ ਜਿੜਕਦੇ ਉਹ ਮੇਰੀ ਬੱਚੀ ਨਾਲ ਅੱਖਾਂ ਕੱਢਦੀ ਸੀ ਸਾਨੂੰ ਨਹੀਂ ਪਤਾ ਸੀ ਕੀ ਇਹਦੇ ਨਾਲ ਹੋ ਰਿਹਾ ਕੀ ਨਹੀਂ ਹੋ ਰਿਹਾ ਕੋਈ ਗੱਲ ਸਾਨੂੰ ਨਹੀਂ ਦੱਸਦੀ ਸੀ ਤੇ ਇਹ ਬਾਅਦ ਚ ਸਾਨੂੰ ਪਤਾ ਲੱਗਿਆ ਸਾਡੀ ਬੱਚੀ ਨਾ ਤਸ਼ੱਦਦ ਕਰਦੀ ਸੀ ਉਹਨੂੰ ਮਾਰਦੀ ਸੀ ਮਾਰਦਾ ਕੌਣ ਸੀ ਉਹਨੂੰ ਸਾਇਮਾ ਬੀਬੀ ਜ਼ਿਆਦਾ ਉਹਨੂੰ ਮਾਰਦੀ ਸੀ ਜਦੋਂ ਉਹਨੂੰ ਗੁੱਸਾ ਆਦਾ ਸੀ ਕਹਿੰਦੀ ਮੈਂ ਬਲੱਡ ਪ੍ਰੈਸ਼ਰ ਦੀ ਮਰੀਜ਼ ਆ ਤੁਹਾਨੂੰ ਪਿੱਛੇ ਪਤਾ ਚੱਲਿਆ ਪਹਿਲੇ ਭਾਈ ਸਾਨੂੰ ਇਸ ਦਾ ਉਹ ਸਿਰਫ ਜ਼ੈਨਬ ਨੂੰ ਮਾਰਦੀ ਸੀ ਕਿ ਆਪਣੇ ਬੱਚਿਆਂ ਨੂੰ ਵੀ ਮਾਰਦੀ ਸੀ ਜ਼ੈਨਬ ਨੂੰ ਮਾਰਦੀ ਸੀ ਕੋਈ ਗਲਤੀ ਹੋ ਜਾਣੀ ਜਾਂ ਕੋਈ ਕੰਮ ਜਲਦੀ ਨਾ ਹੋਣਾ ਤੇ ਜ਼ੈਨਬ ਨੂੰ ਮਾਰਦੀ ਸੀ ਐਂਡ ਤੇ ਬਾਈ ਜਾਨੋ ਨਨ ਸਾਨੂੰ ਨਾਲ ਇਹ ਕੀਤਾ ਅਸੀਂ ਮਿਲਨ ਆਣਾ ਸੀ 8 ਦਿਨ ਪਹਿਲੇ ਬੱਚੀ ਨੂੰ ਅਸੀਂ ਮਿਲਨ ਜਾਣਾ ਸੀ ਫੋਨ ਕੀਤਾ ਉਹਨੂੰ ਮੈਂ ਆਪਣੀ ਬੱਚੀ ਨੂੰ ਵੀ ਜ਼ੈਨਬ ਠੀਕ ਹੈ ਕਿ ਹਾਂ ਜੀ ਅੰਮੀ ਮੈਂ ਠੀਕ ਹੈ ਪਰ ਉਹ ਜਿਹੜੀ ਸਾਇਮਾ ਬੀਬੀ ਇੰਨੀ ਗੰਦੀ ਬੁੱਢੀ ਹੈਗੀ ਨਾ ਕਮੀਨੀ ਮੇਰੀ ਬੱਚੀ ਦੇ ਕੋਲ ਬੈਠ ਕੇ ਕਹਿੰਦੀ ਵੀ ਬਿਲਕੁਲ ਠੀਕ ਉਹਨੂੰ ਬੱਚੀ ਨੂੰ ਅੱਖਾਂ ਕੱਢਦੀ ਸੀ ਤੇ ਬਾਰ ਬਾਰ ਬੱਚੀ ਉਹਦੇ ਵੱਲੇ ਵੇਖਦੀ ਸੀ ਮੈਂ ਜ਼ੈਨਬ ਕੀ ਕਿ ਨਹੀਂ ਇੱਕ ਬਾਜੀ ਮੈਨੂੰ ਕਹਿੰਦੀ ਕਿ ਕੰਮ ਮੈਨੂੰ ਚਾ ਲਿਆ ਕੇ ਦੇ ਦੇ ਤੇ ਮੈਂ ਕਿਹਾ ਜ਼ੈਨਬ ਤੂੰ ਗੱਲ ਕਰ ਲੈ ਕਿ ਅੰਮੀ ਬਸ ਠੀਕ ਮੈਂ ਨਹੀਂ ਗੱਲ ਕਰਨੀ ਤਾਂ ਕਿ ਅੰਮੀ ਤੁਸੀਂ ਆਵੋਗੇ ਮੈਂ ਹਾਂ ਜੀ ਮੈਂ ਆਵਾਂਗੀ ਸਾਡੇ ਜਾਨ ਤੋਂ ਪਹਿਲੇ ਉਹਨਾਂ ਇਹ ਗੱਲ ਕੀਤੀ ਸਾਡੀ ਬੱਚੀ ਨੂੰ ਨਾ ਸਾਡੇ ਹੱਥ ਪਕੜਾ ਦਿੱਤਾ ਮਰੀ ਹੋਈ ਮਰੀ ਨੂੰ ਹੱਥ ਚ ਪਕੜਾਇਆ ਗਰੀਬ ਦੀ ਵੈਲੀ ਹੋਈ ਨਹੀਂ ਹੈਗੀ ਹਰ ਇਨਸਾਨ ਦੀ ਵੈਲੀ ਉਹ ਗਰੀਬ ਦੀ ਵੈਲੀ ਹੀ ਕੋਈ ਨਹੀਂ ਇੱਕ ਬੱਚੀ ਨੂੰ ਅਸੀਂ ਕੰਮ ਤੇ ਭੇਜਿਆ ਸਾਡੇ ਨਾਲੋਂ ਨਾਇਆ ਕੀਤਾ ਸਾਡੀ ਬੱਚੀ ਨੂੰ ਐਂਡ ਤੇ ਮਾਰ ਦਿੱਤਾ ਕਸੂਰ ਵਾਲੀ ਜ਼ੈਨਬ ਦਾ ਇਨਸਾਫ ਹੋਏ ਨਾ ਸਰੇ ਆਮ ਮੁਜਰਮ ਨੂੰ ਗੋਲੀ ਮਾਰੀ ਅਸੀਂ ਵੀ ਇਹਨਾਂ ਨੂੰ ਗੋਲੀ ਮਰਵਾਣੀ ਸਾਡੀ ਬੱਚੀ ਨੇ ਇਹਨਾਂ ਜ਼ਲੀਲ ਕੀਤਾ ਜਿਸ ਤਰੀਕੇ ਨਾਲ ਸਾਡੀ ਬੱਚੀ ਨਾਲ ਤਸ਼ੱਦਦ ਕੀਤੀ ਹੈ ਇਹਨਾਂ ਨਾਲ ਵੀ ਅਸੀਂ ਉਵੇਂ ਕਰਨੀ ਸਾਡੀ ਬੱਚੀ ਦਾ ਇਨਸਾਫ ਕੀਤਾ ਜਾਵੇ ਸਾਡੀ ਮਦਦ ਕੀਤੀ ਜਾਵੇ ਸਾਡੀ ਕੋਈ ਨਹੀਂ ਸੁਣਦਾ ਨਾ ਥਾਣੇ ਵਾਲੇ ਨਾ ਸੱਚ تفشیشی ਕੋਈ ਵੀ ਨਹੀਂ ਸਾਡੀ ਸੁਣਦਾ ਐਸਪੀ ਮਾਡਲ ਟੌਨ ਵਾਲਾ ਮੇਰੇ ਮੀਨ ਨੂੰ ਕਹਿੰਦਾ ਮਾਲੀ ਨੂੰ ਨਾਮਜ਼ਾਦ ਕਰ ਅਸੀਂ ਆਖਾਂ ਸੀ ਨਹੀਂ ਕਰਦੇ ਪ੍ਰੈਸ਼ਰ ਪਾਉਂਦਾ ਸੀ ਤੁਸੀਂ ਨਾਮਜ਼ਾਦ ਕਰੋ ਅਸੀਂ ਆਖਾਂ ਸੀ ਨਾਮਜ਼ਾਦ ਨਹੀਂ ਕਰਨਾ ਬੱਚੀ ਤੁਹਾਡੀ ਨੂੰ ਜਦੋਂ ਪਤਾ ਚੱਲਿਆ ਕਿ ਉਹ ਹੁਣ ਕਤਲ ਹੋ ਚੁੱਕੀ ਹੈ ਮਾਰੇ ਗਈ ਹੈ ਤੁਹਾਨੂੰ ਉਸ ਤੋਂ ਬਾਅਦ ਤੁਸੀਂ ਪੁਲਿਸ ਦੇ ਨਾਲ ਰਾਬਤਾ ਖੁਦ ਕੀਤਾ ਸੀ ਕਿ ਪੁਲਿਸ ਨੇ ਤੁਹਾਡੇ ਨਾਲ ਰਾਬਤਾ ਕੀਤਾ ਸੀ ਨਹੀਂ ਜੀ ਪੁਲਿਸ ਉਹਨਾਂ ਦੇ ਘਰ ਦੇ ਕੋਲ ਹੀ ਖੜੀ ਸੀ ਅੱਛਾ ਐਸਪੀ ਤੱਕ ਖੜਾ ਸੀ ਐਸਐਚਆਈਓ ਸਾਰੇ ਉਹਨਾਂ ਦੀ ਜਿਹੜੀ ਆਵਾਮ ਸਾਰੀ ਕੱਟੀ ਹੋਈ ਸੀ ਉਹਨਾਂ ਮੈਨੂੰ ਵਾੜ ਕੇ ਲੈ ਕੇ ਥਾਣੇ ਦੇ ਵਿੱਚ ਉਹਨਾਂ ਕਹ ਹਾਈ ਪੁਲਿਸ ਲੈ ਗਈ ਐਸਪੀ ਆ ਕਾ ਚਲੋ ਜੋ ਤੁਹਾਡਾ ਇਨਸ਼ਾਅਲਾ ਨਾ ਤੁਹਾਡਾ ਨਿصاف ਕਰਾਂਗੇ ਜੇ ਜੇ ਮੈਨੂੰ ਥਾਣੇ ਲੈ ਗਏ ਨੇ ਮੇਰਾ ਉਹਨਾਂ ਪਰਚਾ ਘਟਾ ਸਰ ਆਦੇ ਕੋਲੋਂ ਨਾ ਪਰਚਾ ਪਰਚਾ ਮੈਂ ਨਹੀਂ ਘਟਵਾਉਣਾ ਚਾਹੁੰਦਾ ਸੀ ਮੈਂ ਕਹ ਪਹਿਲੇ ਮੇਰੇ ਮਲਜ਼ਮ ਫੜੋ ਫਿਰ ਮੈਂ ਪਰਚਾ ਘਟਾਵਾਂਗਾ ਐਸਪੀ ਨੇ ਮੈਨੂੰ ਮਜਬੂਰ ਨਾ ਕਹ ਵੀ ਤੁਸੀਂ ਪਰਚਾ ਘਟਾਓ ਤੁਹਾਡੇ ਇਨਸ਼ਾਅਲਾ ਮਲਜ਼ਮ ਮੈਂ ਫੜਾਂਗਾ ਉਹਨਾਂ ਨੂੰ ਸਜ਼ਾ ਵੀ ਦਿਵਾਵਾਂਗਾ ਮੈਂ ਉਹਨਾਂ ਤੇ ਕਹਿੰਦੇ ਪਰਚਾ ਘਟਾ ਦਿੱਤਾ ਜੀ 3 ਵਜੋਂ ਨਾ ਮੈਨੂੰ ਸਿਵਲ ਹਸਪਤਾਲ ਸੇਲੋ ਜ਼ਿਲ੍ਹਾ ਗੁਜਰਾਂਵਾਲ ਦੇ ਵਿੱਚ ਮੇਰੀ ਬੇਟੀ ਦੀ ਡੈਡ ਉਹਨਾਂ ਨੇ 3 ਵਜੇ ਐਸਪੀ ਸਾਹਿਬ ਖਾਈ ਜਾਤੇ ਵੀ ਆ ਤੁਹਾਡੀ ਬੱਚੀ ਦੀ ਡੈੱਡ ਬਾਡੀ ਪਈ ਜਦੋਂ ਅਸੀਂ ਜਾ ਕੇ ਵੇਖੀ ਡੈੱਡ ਬਾਡੀ ਸਾਡੀ ਬੱਚੀ ਦੇ ਗਲੇ ਤੇ ਨਿਸ਼ਾਨ ਸਨ ਨਾ ਹੁੰਦੇ ਜਿਵੇਂ ਗਲਾ ਦਬਾ ਕੇ ਮਾਰਾ ਗਿਆ ਫਿਰ ਬਾਜੋ ਤੇ ਅਸੀਂ ਵੇਖੇ ਬਾਜੋ ਤੇ ਛੋਟੀਆਂ ਦੇ ਨਿਸ਼ਾਨ ਸਨ ਮੈਡੀਕਲ ਰਿਪੋਰਟ ਦੇ ਵਿੱਚ ਕੀ ਆਇਆ ਸੀ ਮੈਡੀਕਲ ਰਿਪੋਰਟ ਤੇ ਸਰ ਗਲਾ ਦਬਾ ਕੇ ਆਇਆ ਵੀ ਗਲਾ ਦਬਾ ਕੇ ਬੱਚੀ ਨੂੰ ਮਾਰਾ ਗਿਆ ਉਸ ਤੋਂ ਬਾਅਦ ਸਰ ਮੈਂ ਥਾਣੇ ਚਲਾ ਗਿਆ ਸਾਰੀ ਰਾਤ ਅਸੀਂ ਰੋਡ ਤੇ ਅਸੀਂ ਕੱਢੀ 3 ਵਜੇ ਤੋਂ ਬਾਅਦ ਸਾਰੀ ਰਾਤ ਰੋਡ ਇਹ ਸੁੱਤੇ ਸੌਂਗੇ ਸਨ ਅਸੀਂ ਰੋਡ ਤੇ ਬੈਠ ਰਹੇ ਹਾਂ ਸਾਰੀ ਆਵਾਮ ਸਵੇਰ ਸੀ ਆਪ ਗਏ ਉਹਨਾਂ ਕਾ ਜੀ ਆਓ ਤੁਹਾਨੂੰ ਰਸਤਾ ਲੈ ਚਲੀ ਪੁਲਿਸ ਵਾਲੇ ਡਾਲਾ ਉਹਨਾਂ ਦੇ ਆ ਗਿਆ ਸਾਨੂੰ ਡਾਲਾ ਤੇ ਪੁਲਿਸ ਵਾਲੇ ਲੈ ਗੇ ਉੱਥੇ ਹੀ ਸਾਡੇ ਬੱਚੇ ਦਾ ਮੈਡੀਕਲ ਨਹੀਂ ਕਰਾਉਣਾ ਜੀ ਉਹਨਾਂ ਕਾ ਜੀ ਮੈਡੀਕਲ ਹੋਵੇਗਾ ਕਿਉਂਕਿ ਹੁਣ ਮੈਡੀਕਲ ਹੋਵੇਗਾ ਕਿਉਂਕਿ ਬੱਚੇ ਦਾ ਕਤਲ ਹੋਇਆ ਹੈ ਮੈਂ ਕਹਿੰਦਾ ਚਲੋ ਠੀਕ ਹੈ ਜੀ ਮੈਂ ਉਹਨਾਂ ਮੇਰੇ ਮੈਡੀਕਲ ਦੇ ਉਹਨਾਂ ਸਾਈਨ ਕਰਵਾ ਲੇ ਡੈੱਡ ਬਾਡੀ ਦੇ ਸਰ 1 ਵਜੇ ਉਹਨਾਂ ਮੈਨੂੰ ਲਾਸ਼ ਦਿੱਤੀ ਹੈ ਡੈੱਡ ਬਾਡੀ ਦੀ ਯਾ লাশ ਦੇਂਦੇ ਕਰ ਤੋਨ ਦੋ ਡਾਲੇ ਪੁਲਿਸ ਤੇ ਮੇਰੇ ਮਗਰ ਐਂਬੂਲੈਂਸ ਲਾ ਦਿੱਤੀ ਮੀਡੀਆ ਮੇਰੇ ਨਾਲ ਸਨ ਮੀਡੀਆ ਮੇਰੇ ਨਾਲ ਇੰਟਰਵਿਊ ਲੈਣਾ ਚਾਹੁੰਦੇ ਪਰ ਮੈਨੂੰ ਉਹ ਮੀਡੀਆ ਨਾਲ ਹੀ ਟੂਲ ਨਹੀਂ ਲੰਮ ਦਿੱਤਾ ਉਹ ਪੁਲਿਸ ਮੀਡੀਆ ਨੂੰ ਗਾਲਾਂ ਕੱਢ ਸੀ ਪੁਲਿਸ ਤੇ ਮਗਰ ਨੂੰ ਰੂਟਰ ਚਲਾਤਾ ਦੋ ਡਾਲੇ ਪੁਲਿਸ ਵਾਲੇ ਚਾਹਦੇ ਕਿ ਅੱਗੇ ਉਹਨਾਂ ਸਾਨੂੰ ਉਹਨਾਂ ਵਾਪ ਅੱਗੇ ਟੋਰ ਕੇ ਆਏ ਨਹੀਂ ਤੁਹਾਡੇ ਮੁਲਜ਼ਮ ਪੁਲਿਸ ਕਿਉਂ ਨਹੀਂ ਫੜਦੀ ਪੀ ਯਾ ਉਹ ਮੁਲਜ਼ਮ ਕਿਹੜੇ ਨੇ ਜਿਹੜੇ ਅਸਲ ਉਹਦੇ ਜ਼ੈਨਬ ਦੇ ਕਾਤਲ ਹੈਗੇ ਨੇ ਅਸਲ ਜੀ ਮੁਲਜ਼ਮ ਮੈਨ ਸਹਨੈਨ ਬਾਜਵਾ ਔਰ ਫੈਸਲ ਬਾਜਵਾ ਔਰ ਸੈਮਾ ਬੀਬੀ ਮੇਰੇ ਮੁਲਜ਼ਮ ਫੜ ਕੇ ਛੱਡੇ ਗਏ ਨਹੀਂ ਪੁਲਿਸ ਨੇ ਪੈਸਾ ਲੈ ਕੇ ਕਰੋੜਾਂ ਰੁਪਏ ਥੋੜਾ ਗਣਾ ਪੈਸੇ ਨੇ ਕਰੋੜਾਂ ਰੁਪਏ ਲੈ ਕੇ ਐਸਪੀ ਸਾਹਿਬ ਵੀ ਤੇ ਆਈਓ ਵੀ ਤੇ ਐਸਐਚ ਵੀ ਪੈਸਾ ਲੈ ਕੇ ਮੇਰੇ ਮੁਲਜ਼ਮ ਉਹਨਾਂ ਗਰਬਾਤ ਤੇ ਕਿ ਤੁਸੀਂ ਸਕੂਨ ਅਬ ਵਾਸੀ ਬੇਗੁਨਾਹ ਬੰਦੇ ਨੂੰ ਬੰਦਾ ਇੱਕ ਤੁਹਾਡਾ ਤੁਸੀਂ ਸੰਦਿਓ ਕਿਹੜੇ ਥਾਣੇ ਦੇ ਵਿੱਚ ਮੁਕਦਮਾ ਤੁਸੀਂ ਦਰਜ ਕਰਵਾਇਆ 42 ਥਾਣਾ ਅੱਛਾ ਸਬਦ ਮੰਡੀ ਦੀ ਕੋਲ ਠੀਕ ਹੈ ਉੱਥੇ ਮੇਰਾ ਮੁਕਦਮਾ ਹੋਇਆ ਸਰ ਤੇ ਸਰ ਮੈਨੂੰ ਜਿੰਸਾਫ ਨਹੀਂ ਮਿਲ ਰਿਹਾ ਮੈਂ ਸਾਰੀ ਦੁਨੀਆ ਅੱਗੇ ਹੱਥ ਜੋੜੇ ਨੇ ਔਰ ਐਂਡ ਮੇਰਾ ਮੀਡੀਆ ਹੈ ਮੈਂ ਮੀਡੀਆ ਦੇ ਹੱਥ ਜੋੜਾ ਮੇਰੇ ਮੁੜਿਆ ਇਨਸਾਫ ਮੇਰੇ ਬੱਚੇ ਨੂੰ ਦੇ ਦੇਵੇ ਔਰ ਵਜ਼ੀਰ ਆਜ਼ਮ ਤੇ ਵਜ਼ੀਰ ਆਲਾ ਤੇ ਆਈਜੀ ਪੰਜਾਬ ਡਾਕਟਰ ਸਮਾਨ ਅਨਵਰ ਸਾਹਿਬ ਮੈਂ ਉਹਨਾਂ ਦਾ ਵੀ ਹੱਥ ਜੋੜਨਾ ਬੇ ਆਦੇ ਪੁਲਿਸ ਵਾਲਾ ਨੂੰ ਕਹੋ ਮੈਨੂੰ ਇਨਸਾਫ ਦੇ ਦੇ ਜੀ ਬਿਲਕੁਲ ਜੀ ਇੱਕ ਗਰੀਬ ਇਨਸਾਨ ਕੇ ਬਾਦ ਸਿਵਾਏ ਮੀਡੀਆ ਕੇ ਇਲਾਵਾ ਹੱਥ ਜੋੜ ਕੇ ਅਪੀਲੇ ਕਰਨੇ ਕੇ ਇਲਾਵਾ ਕੁਝ ਨਹੀਂ ਹੁੰਦਾ ਔਰ ਆਖਰਕਾਰ ہماری ਪੁਲਿਸ ਕੋ ਨਾ ਜਾਣੇ ਕੀ ਹੋ ਚੁੱਕਾ ਹੈ ਕਿ ਉਹ قاتلوں کے ساتھ کھڑی ہو جاتی ہے ان کو ایک لمحے کے لیے یہ سوچتے نہیں ہیں کہ یار ہمارے بھی بچے ہیں کل کو ہمارے بچوں کے ساتھ بھی ایسا کچھ ہو سکتا ہے لیکن انہوں نے کبھی بھی ایسے نہیں سوچنا انہوں نے صرف یہی سوچنا ہوتا ہے کہ ہم نے کسی نہ کسی طرح سے ایسے کیس کو دبا دینا چاہیے جس میں ایک طرف بڑے با اثر لوگوں اور ایک طرف کمزور لوگوں زینب جو کہ اب اس دنیا میں نہیں ہے اس کے ساتھ کیا کچھ کیا اور کس طرح اسے قتل کیا گیا یہ تو وہی جانتے ہوگی یا خدا جانتا ہوگا لیکن امید کرتا ہوں کہ ان کو ضرور انصاف ملے گا میں آپ سے بھی گزارش کروں گا کہ اس ویڈیو کو زیادہ سے زیادہ شیئر کرے تاکہ ایسے جو مکرو چہرے ہیں ایسے جو غلط لوگ ہیں جو لوگوں کے بچوں کے ساتھ کھلواڑ کرتے ہیں ان کو عبرت کا نشان بنایا جائے اجازت چاہوں گا اللہ نہیں کے بعد